13 अप्रैल 1919 ਅੰਮ੍ਰਿਤਸਰ ਦੇ ਜਲਿਆਂਵਾਲੇ ਬਾਗ ਵਿੱਚ ਹੋਇਆ ਉਸਨੂੰ ਕੋਈ ਭਾਰਤੀ ਅੱਜ ਤੱਕ ਨਹੀਂ ਭੁਲਾ ਸਕਿਆ। ਇਸ ਖੂਨੀ ਸਾਕੇ ਨੂੰ ਇੱਕ 20 ਸਾਲਾਂ ਦੇ ਨੌਜਵਾਨ ਨੇ ਅੱਖੀਂ ਵੇਖਿਆ ਅਤੇ ਉਸਦਾ ਮਨ ਅੰਦਰ ਤੱਕ ਵਲੁੰਦਰਿਆ ਗਿਆ। 20 ਸਾਲਾਂ ਦੇ ਨੌਜਵਾਨ ਨੇ 21 ਸਾਲਾਂ ਤੱਕ ਇਸ ਸਾਕੇ ਦੀ ਤਸਵੀਰ ਨੂੰ ਆਪਣੇ ਜ਼ਿਹਨ ਵਿੱਚ ਤਾਜ਼ਾ ਰੱਖਿਆ ਅਤੇ ਅਖੀਰ ਉਸਦਾ ਬਦਲਾ ਵੀ ਲਿਆ। ਸਰਦਾਰ ਊਧਮ ਸਿੰਘ, ਊਧਮ ਸਿੰਘ ਨੇ ਮਾਤਾ ਹਰਨਾਮ ਕੌਰ ਦੀ ਕੁੱਖੋਂ 26 ਦਸੰਬਰ 1899 ਈਸਵੀ ਨੂੰ ਸਰਦਾਰ ਟਹਿਲ ਸਿੰਘ ਜੰਮੂ, ਜੋ ਪਿੰਡ ਉਪਲੀ ਵਿਖੇ ਰੇਲਵੇ ਕਰੋਸਿੰਗ 'ਤੇ ਚੌਕੀਦਾਰ ਦਾ ਕੰਮ ਕਰਦੇ ਸੀ, ਉਹਨਾਂ ਦੇ ਘਰ ਸੰਗਰੂਰ ਦੇ ਪਿੰਡ ਸਨਾਮ ਵਿੱਚ ਜਨਮ ਲਿਆ। ਆਪ ਜੀ ਦੇ ਬਚਪਨ ਦਾ ਨਾਮ ਸ਼ੇਰ ਸਿੰਘ ਸੀ, ਭਰਾ ਦਾ ਨਾਮ ਮੁਕਤ ਸਿੰਘ ਸੀ। ਉਹਨਾਂ ਦਾ ਪਰਿਵਾਰ ਗੋਤ ਜੰਮੂ ਅਤੇ ਕੰਬੋਜ ਸਿੱਖ ਬਰਾਦਰੀ ਨਾਲ ਸੰਬੰਧਿਤ ਸੀ। ਜਦੋਂ ਛੋਟੇ ਸੀ ਤਾਂ ਉਹਨਾਂ ਦੇ ਮਾਤਾ ਜੀ 1901 ਵਿੱਚ ਅਤੇ ਪਿਤਾ ਜੀ 1907 ਵਿੱਚ ਉਹਨਾਂ ਨੂੰ ਅਤੇ ਉਹਨਾਂ ਦੇ ਭਰਾ ਨੂੰ ਇਸ ਸੰਸਾਰ 'ਤੇ ਇਕੱਲਿਆਂ ਛੱਡ ਕੇ ਸਵਰਗ ਸਧਾਰ ਗਏ। ਉਹਨਾਂ ਦੇ ਇੱਕ ਰਿਸ਼ਤੇਦਾਰ ਜੋ ਅੰਮ੍ਰਿਤਸਰ ਵਿਖੇ ਰਾਗੀ ਸਿੰਘ ਦੀ ਸੇਵਾ ਕਰਦਾ ਸੀ, ਉਹਨਾਂ ਨੂੰ ਪੁਤਲੀ ਘਰ ਅੰਮ੍ਰਿਤਸਰ ਵਿਖੇ ਸਥਿਤ ਕੇਂਦਰੀ ਖਾਲਸਾ ਯਤੀਮ ਘਰ ਵਿਖੇ ਛੱਡ ਗਏ। ਇਸੇ ਦੌਰਾਨ 1917 ਵਿੱਚ 10ਵੀਂ ਜਮਾਤ ਊਧਮ ਸਿੰਘ ਨੇ ਪਾਸ ਕਰ ਲਈ। ਊਧਮ ਸਿੰਘ ਨੇ ਬਚਪਨ ਤੋਂ ਹੀ ਆਜ਼ਾਦੀ ਨਾਲ ਸੰਬੰਧਿਤ ਸਮਾਗਮਾਂ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਸੀ। 13 ਅਪ੍ਰੈਲ 1919 ਜਲਿਆਂਵਾਲਾ ਬਾਗ, ਉਸ ਦਿਨ ਊਧਮ ਸਿੰਘ ਉਸ ਘਟਨਾ ਵੇਲੇ ਮੌਜੂਦ ਸੀ। ਜਦੋਂ ਇਹ ਘਟਨਾ ਹੋਈ ਤਾਂ ਉਸ ਘਟਨਾ ਨੇ ਉਸਦੇ ਦਿਲ ਦਿਮਾਗ 'ਤੇ ਬੜਾ ਡੂੰਘਾ ਅਸਰ ਪਾਇਆ। ਘਟਨਾ ਤੋਂ ਬਾਅਦ ਉਹ ਜਲਿਆਂਵਾਲੇ ਬਾਗ ਦੀ ਮਿੱਟੀ ਆਪਣੇ ਹੱਥਾਂ ਵਿੱਚ ਲੈ ਕੇ ਇਸ ਕਤਲੇਆਮ ਨੂੰ ਅੰਜਾਮ ਦੇਣ ਵਾਲੇ ਮਾਈਕਲ ਅਡਵਾਇਰ ਤੋਂ ਬਦਲਾ ਲੈਣ ਦਾ ਪ੍ਰਣ ਲੈ ਕੇ ਤੁਰ ਪਿਆ। ਉਹਨਾਂ ਗਦਰ ਪਾਰਟੀ ਵਿੱਚ ਸਰਗਰਮ ਕ੍ਰਾਂਤੀਕਾਰੀ ਮੈਂਬਰਾਂ ਵਜੋਂ ਅਮੈਰੀਕਾ, ਨਿਊਯਾਰਕ ਆਦਿ ਦੇਸ਼ਾਂ ਦੀਆਂ ਯਾਤਰਾਵਾਂ ਕੀਤੀਆਂ। ਇਨਕਲਾਬੀ ਲੋਕਾਂ ਨੂੰ ਇਕੱਠਾ ਕਰ ਨਵੀਂ ਪਾਰਟੀ ਦੀ ਸਥਾਪਨਾ ਵੀ ਕੀਤੀ, ਜਿਸ ਦਾ ਨਾਮ ਆਜ਼ਾਦ ਪਾਰਟੀ ਰੱਖੀ। ਕ੍ਰਾਂਤੀਕਾਰੀ ਦੇਸ਼ ਭਗਤਾਂ ਨੂੰ ਵਿਦੇਸ਼ਾਂ ਵਿੱਚ ਭਾਰਤ ਦੀ ਆਜ਼ਾਦੀ ਲਈ ਲਾਮਬੰਦ ਕਰਨ ਲਈ ਊਧਮ ਸਿੰਘ ਨੇ ਅਮੈਰੀਕਾ, ਕੈਨੇਡਾ, ਜਰਮਨੀ, ਸਵੀਡਨ, ਨਾਰਵੇ, ਫਰਾਂਸ, ਇੰਗਲੈਂਡ, ਇਟਲੀ, ਹੰਗਰੀ, ਹਾਲੈਂਡ, ਪੋਲੈਂਡ, ਇਹਨਾਂ ਸਭ ਦੇਸ਼ਾਂ ਦੀਆਂ ਯਾਤਰਾਵਾਂ ਕੀਤੀਆਂ। ਇਹਨਾਂ ਦੇਸ਼ਾਂ ਦੀਆਂ ਯਾਤਰਾਵਾਂ ਦੌਰਾਨ ਉਸਨੇ ਆਪਣੇ ਕਈ ਨਾਮ ਵੀ ਬਤ ਜਿਵੇਂ ਸ਼ੇਰ ਸਿੰਘ, ਊਧਮ ਸਿੰਘ, ਮੁਹੰਮਦ ਸਿੰਘ ਆਜ਼ਾਦ, ਐੱਮ ਐੱਸ ਆਜ਼ਾਦ ਅਤੇ ਫਰੈਂਕ ਬ੍ਰਾਜ਼ੀਲ। ਉਹਨਾਂ ਹੌਲਗੇਟ ਅੰਮ੍ਰਿਤਸਰ ਵਿਖੇ ਪੇਂਟਰ ਦੀ ਦੁਕਾਨ ਵੀ ਕੀਤੀ ਅਤੇ ਫਿਰ ਉਹ ਊਧਮ ਸਿੰਘ ਦੇ ਨਾਮ 'ਤੇ ਜਾਲੀ ਪਾਸਪੋਰਟ ਬਣਾ ਕੇ ਡਾਇਰ ਦੀ ਭਾਲ ਦੇ ਵਿੱਚ ਲੰਡਨ ਆ ਗਏ। ਪਰ ਉਹ ਤਾਂ ਉੱਥੇ ਨਹੀਂ ਮਿਲਿਆ, ਉਹਨਾਂ ਨੂੰ ਉੱਥੇ ਮਿਲ ਗਿਆ ਮਾਈਕਲ ਓਡਾਇਰ, ਜਿਸ ਤੋਂ ਬਦਲਾ ਲੈਣ ਲਈ 13 ਮਾਰਚ 1940 ਨੂੰ ਈਸਟ ਇੰਡੀਆ ਐਸੋਸੀਏਸ਼ਨ ਐਂਡ ਸੈਂਟਰਲ ਏਸ਼ੀਅਨ ਸੁਸਾਇਟੀ ਦੁਆਰਾ ਕੈਕਸਟਨ ਹਾਲ ਵਿੱਚ ਕੀਤੀ ਜਾ ਰਹੀ ਮੀਟਿੰਗ ਵਿੱਚ ਉਸ ਨੂੰ ਗੋਲੀ ਮਾਰਨ ਲਈ ਆਪਣੀ ਪਿਸਤੌਲ ਨੂੰ ਇੱਕ ਮੋਟੀ ਕਿਤਾਬ ਵਿੱਚ ਲੁਕੋ ਕੇ ਜਾ ਪਹੁੰਚੇ ਅਤੇ ਮੀਟਿੰਗ ਖਤਮ ਹੁੰਦੇ ਹੀ ਗੋਲੀਆਂ ਚਲਾ ਕੇ ਉਸ ਸਮੇਂ ਪੰਜਾਬ ਦੇ ਗਵਰਨਰ ਮਾਈਕਲ ਓਡਾਇਰ ਨੂੰ ਮੌਕੇ 'ਤੇ ਹੀ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਖੁਸ਼ੀ ਖੁਸ਼ੀ ਆਪਣੀ ਗ੍ਰਿਫਤਾਰੀ ਵੀ ਦਿੱਤੀ। ਊਧਮ ਸਿੰਘ ਵਿਰੁੱਧ ਬਰਤਾਨਵੀ ਅਦਾਲਤ ਵਿੱਚ ਮੁਕੱਦਮਾ ਦਾਇਰ ਹੋਇਆ ਅਤੇ 4 ਜੂਨ 1940 ਨੂੰ ਉਹਨਾਂ ਨੂੰ ਕਤਲ ਦਾ ਦੋਸ਼ੀ ਠਹਿਰਾਇਆ ਗਿਆ। ਇਸ ਉਪਰੰਤ ਊਧਮ ਸਿੰਘ ਨੂੰ 31 ਜੁਲਾਈ 1940 ਨੂੰ
ਲੰਡਨ ਦੀ ਜੇਲ੍ਹ ਵਿੱਚ ਫਾਂਸੀ ਦਿੱਤੀ ਗਈ। ਸ਼ਹੀਦ ਊਧਮ ਸਿੰਘ ਜੀ ਦੀਆਂ ਅਸਥੀਆਂ ਨੂੰ 1975 ਵਿੱਚ ਭਾਰਤ ਲਿਆਂਦਾ ਗਿਆ ਅਤੇ ਭਾਰਤ ਦੇ ਅਲੱਗ ਅਲੱਗ ਸਥਾਨਾਂ 'ਤੇ ਦਫਨਾਇਆ ਅਤੇ ਜਲ ਪ੍ਰਵਾਹ ਕੀਤਾ। ਉਹਨਾਂ ਦੀਆਂ ਅਸਥੀਆਂ ਦੇ 7 ਕਲਸ਼ ਤਿਆਰ ਕੀਤੇ ਗਏ, ਜਿਨ੍ਹਾਂ 'ਚੋਂ ਇੱਕ ਕਲਸ਼ ਨੂੰ ਰੋਜ਼ਾ ਸ਼ਰੀਫ ਸਰਹੰਦ ਵਿੱਚ ਦਫਨਾਇਆ ਗਿਆ, ਇੱਕ ਕਲਸ਼ ਨੂੰ ਕੀਰਤਪੁਰ ਸਾਹਿਬ ਵਿਖੇ ਜਲ ਪ੍ਰਵਾਹ ਕੀਤਾ ਗਿਆ, ਇੱਕ ਕਲਸ਼ ਨੂੰ ਸ਼੍ਰੀ ਹਰਿਦੁਆਰ ਵਿਖੇ ਜਲ ਪ੍ਰਵਾਹ ਕੀਤਾ ਗਿਆ ਅਤੇ ਇੱਕ ਕਲਸ਼ ਨੂੰ ਜਲਿਆਂਵਾਲੇ ਬਾਗ ਵਿੱਚ ਅਤੇ ਇੱਕ ਕਲਸ਼ ਨੂੰ ਸੁਨਾਮ ਦੇ ਖੇਡ ਸਟੇਡੀਅਮ ਵਿੱਚ ਅਤੇ ਬਾਕੀ 2 ਕਲਸ਼ ਸਰਕਾਰੀ ਕਾਲਜ ਸੁਨਾਮ ਦੀ ਲਾਇਬ੍ਰੇਰੀ ਵਿਖੇ ਰੱਖੇ। ਊਧਮ ਸਿੰਘ, ਸਾਡੇ ਭਾਰਤ ਦਾ ਮਾਣ, ਜਿਨ੍ਹਾਂ ਦੀ ਸ਼ਹੀਦੀ 'ਤੇ ਅੱਜ ਅਸੀਂ ਸਾਰੇ ਉਹਨਾਂ ਨੂੰ ਨਮਨ ਕਰਦੇ।